ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਇੰਡੀਆ ਵਿੱਚ ਇੱਥੇ ਹੋਇਆ ਹਵਾਈ ਹਾਦਸਾ ਸਾਇਆ ਸੋਗ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਵੱਡੀ ਘਟਨਾ ਭਾਰਤ ਦੇ ਉੱਤਰੀ ਖੇਤਰ ਜੰਮੂ ਦੇ ਵਿੱਚ ਵਾਪਰੀ ਹੈ ਜਿਸ ਦੇ ਵਿੱਚ ਸੈਨਾ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਦੁਰਘਟਨਾ ਕਠੂਆ ਦੇ ਲਖਣਪੁਰ ਖੇਤਰ ਦੇ ਵਿੱਚ ਵਾਪਰੀਆ ਜਿਸ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਟਰੋਪ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਤੇ ਹਵਾਈ ਸੈਨਾ ਦੇ ਇੱਕ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਹਾਦਸਾ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਵਾਪਰਿਆ ਹੈ ਤੇ ਇਹ ਹਾਦਸੇ ਦੇ ਵਿੱਚ ਸ਼ਾਮਲ ਟਰੋਪ ਹੈਲੀਕਾਪਟਰ ਇੱਕ ਰੁਟੀਨ ਦੀ ਗਸ਼ਤ ਕਰ ਰਿਹਾ ਸੀ ਜਦੋਂ ਇਹ ਹੈਲੀਕਾਪਟਰ ਰੋਜ਼ਾਨਾ ਦੀ ਚੈਕਿੰਗ ਕਰਦਾ ਹੋਇਆ ਜਾ ਰਿhta ਅਚਾਨਕ ਹੀ ਇਹ ਲਖਣਪੁਰ ਦੇ ਮਸੋਲੀ ਮੋਰ ਲਾਗੇ ਦੁਰਘਟਨਾ ਗ੍ਰਾਸਤ ਹੋ ਗਿਆ ਤੇ ਇਸ ਸਾਤ ਸੇ ਦੇ ਵਿੱਚ ਤਰੋਬ ਹੈਲੀਕਾਪਟਰ ਵਿੱਚ ਉਡਾਣ ਭਰ ਰਹੇ ਪਾਇਲਟ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹੈਲੀਕਾਪਟਰ ਨੂੰ ਸ ਹੈ ਪਾਇਲਟ ਸਮੇਤ ਉਡਾ ਰਹੇ ਦੋ ਪਾਇਲਟ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ਵਿਖੇ ਰੈਫਰਲ ਕਰ ਦਿੱਤਾ